ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਅੱਗ ਦੀ ਚਪੇਟ ਚ ਆ ਜਾਂਦੀ ਹੈ ਤੇ ਕਿਸਾਨ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ। ਪੂਰਾ ਮਾਮਲਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਪਿੰਡ ਕੋਲਪੁਰ ਦਾ ਹੈ ਜਿੱਥੇ ਕਿ ਕਿਸਾਨ ਦੀ ਖੇਤਾਂ ਚ ਖੜੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਅੱਗ ਦੀ ਚਪੇਟ ਚ ਆ ਜਾਂਦੀ ਹੈ ਜਿਸ ਕਾਰਨ ਕਿਸਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੂਰੀ ਫਸਲ ਜਲ ਕੇ ਰਾਖ ਹੋ ਗਈ ਹੈ ਤੇ ਕਿਸਾਨ ਦਾ ਭਾਰੀ ਨੁਕਸਾਨ ਹੋ ਗਿਆ ਹੈ। ਜਾਣਕਾਰੀ ਦਿੰਦਿਆਂ ਪੀੜਿਤ ਕਿਸਾਨ ਨੇ ਦੱਸਿਆ ਕਿ ਉਸਦੇ ਖੇਤਾਂ 'ਚੋਂ ਬਿਜਲੀ ਦੀਆਂ ਤਾਰਾਂ ਲੰਘਦੀਆਂ ਨੇ ਤੇ ਤਾਰਾਂ 'ਚ ਹੋਏ ਸ਼ਾਰਟ ਸਰਕਟ ਕਾਰਨ ਉਸਦੇ ਖੇਤਾਂ 'ਚ ਅੱਗ ਲੱਗ ਜਾਂਦੀ ਹੈ ਤੇ ਭਾਰੀ ਨੁਕਸਾਨ ਹੋ ਜਾਂਦਾ ਹੈ ਜਿਸ ਕਾਰਨ ਖੇਤਾਂ 'ਚ ਖੜੀ ਕਣਕ ਦੀ ਫਸਲ ਜਲ ਕੇ ਰਾਖ ਹੋ ਜਾਂਦੀ ਹੈ। ਇਸ ਘਟਨਾ ਨਾਲ ਪਸ਼ੂਆਂ ਦਾ ਤੂੜੀ ਦਾ ਨਾੜ ਵੀ ਚੱਲ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਵਾਸੀਆਂ ਵੱਲੋਂ ਯਤਨ ਕਰਕੇ ਅੱਗ ਤੇ ਕਾਬੂ ਪਾਇਆ ਜਾਂਦਾ ਹੈ ਤੇ ਪੀੜਿਤ ਕਿਸਾਨ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਉਸਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਤੇ ਇਸ ਨੁਕਸਾਨ ਦਾ ਬਣਦਾ ਮੁਆਵਜ਼ਾ ਜਲਦ ਦਿੱਤਾ ਜਾਵੇ। ਅੱਗ ਲੱਗੀ ਜੀ, ਬਿਜਲੀ ਸ਼ਾਰਟ ਸਰਕਟ ਨਾਲ ਅੱਗ ਲੱਗੀ ਆ ਤੇ ਅੱਗ ਲੱਗੀ ਦੋ ਥਾਂ ਤੇ, ਇੱਕ ਲੱਗੀ ਆ ਸਾਹਮਣੇ ਇੱਥੇ ਲੱਗੀ, ਇੱਕ ਉਹ ਸਾਹਮਣੇ ਲੱਗੀ। ਉੱਥੇ ਅੱਗ ਲੱਗਣ ਤੋਂ ਬਾਅਦ ਤੁਹਾਨੂੰ ਕਿੱਦਾਂ ਪਤਾ ਲੱਗਾ ਕਿੱਥੇ ਸੀਗੇ? ਅਸੀਂ ਇੱਥੇ ਨੇੜੇ ਜੇ ਰਹੇ, ਅਸੀਂ ਪੱਠੇ ਨੂੰ ਪਾਣੀ ਲਾਉਣ ਰਹੇ ਸੀ ਅਤੇ ਅਸੀਂ 2-4 ਕਿੱਲੇ ਪਿੱਛੇ ਸੀ। ਜਦੋਂ ਅੱਗ ਲੱਗੀ ਪੰਪਰ ਮੱਚਿਆ, ਅਸੀਂ ਉੱਥੋਂ ਆਏ ਭੱਜੇ, ਭੱਜ ਕੇ ਆ ਕੇ ਫਿਰ ਇੱਥੇ ਅੱਗ ਉੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਫੋਨ ਫਾਨ ਕੀਤੇ ਬੰਦੇ ਨੂੰ, ਟਰੈਕਟਰ ਲਿਆਂਦਾ, ਬੰਦੇ ਸੱਦੇ ਸਾਰੇ ਅਤੇ ਸੱਦ ਕੇ ਬਹੁਤ ਮੁਸ਼ਕਲ ਦੇ ਨਾਲ ਕਾਬੂ ਪਾਇਆ ਅੱਗ 'ਤੇ। ਅਤੇ ਜਿੰਨਾ ਕਾਬੂ ਪਾਇਆ ਜਾਂਦਾ ਅਤੇ ਅੱਗ ਤਕਰੀਬਨ ਇੱਥੇ 30-40 ਕਿੱਲੇ ਦਾ ਨੁਕਸਾਨ ਹੋਣਾ ਸੀ, ਕਿਉਂਕਿ 5-6-7 ਕਿੱਲੇ ਕਣਕ ਹੋਰ ਵੀ ਖੜੀ ਆ ਨਾਲ ਜਿੱਥੇ ਤੱਕ ਅੱਗ ਪਹੁੰਚ ਗਈ ਸੀ। ਇਸ ਕਰਕੇ ਥੋੜ੍ਹਾ ਜਿਹਾ ਬਚਾਅ ਹੋ ਗਿਆ। ਅੱਗ ਲੱਗਣ ਦਾ ਹਾਂਜੀ ਸਰਕਟ ਸ਼ਾਰਟ ਹੀ ਆ ਅੱਗ ਲੱਗਣ ਦਾ ਕਾਰਨ, ਕਿਉਂਕਿ ਤਾਰਾਂ ਢਿੱਲੀਆਂ ਨੇ ਅਤੇ ਇਹਦੇ ਕਰਕੇ ਜਦੋਂ ਆਵਾਜ਼ ਚੱਲਦੀ ਆ ਤਾਂ ਤਾਰਾਂ 'ਤੇ ਸ਼ਾਰਟ ਨਿਕਲਦੀ ਆ। ਹਾਲੇ ਤੱਕ ਬਿਜਲੀ ਵਾਲੇ ਆਉਂਦੇ ਆ, ਗੇੜਾ ਮਾਰ ਕੇ ਚੱਲ ਜਾਂਦੇ ਆ, ਦੇਖਦੇ ਆ, ਪਰ ਹਾਲੇ ਤੱਕ ਤਾਂ ਕੋਈ ਨਹੀਂ। ਇੱਕ ਵਾਰੀ ਆਏ ਸੀਗੇ, ਮੈਂ ਕਿਹਾ ਵੀ ਸੀ ਉਹਨਾਂ ਨੂੰ ਜੀ ਭਾਅ ਜੀ ਤਾਰਾਂ ਘੱਸ ਦਿਓ ਤਾਂ ਕਹਿੰਦੇ ਕਣਕ ਕੁਣਕ ਬਿਠਾ ਲਓ ਫਿਰ ਆਵਾਂਗੇ। ਨਹੀਂ ਜੀ, ਫਾਇਰ ਬ੍ਰਿਗੇਡ ਵਗੈਰਾ ਕੋਈ ਨਹੀਂ ਪਹੁੰਚੀ ਇੱਥੇ। ਕੋਈ ਅਧਿਕਾਰੀ ਤੁਹਾਡੇ ਤੱਕ ਪਹੁੰਚ ਕੀਤੀ ਕਿਸੇ ਨੇ? ਹਾਲੇ ਤੱਕ ਭਾਅ ਜੀ ਕੋਈ ਅਧਿਕਾਰੀ ਨਹੀਂ ਪਹੁੰਚਿਆ ਇੱਥੇ। ਜਿਹੜੀ ਅੱਜ ਅੱਗ ਲੱਗੀ ਹੈ ਕਿੱਦਾਂ ਲੱਗੀ? ਇਹ ਵੀ ਕੀ ਕਹਿੰਦੇ ਤਾਰ ਨੂੰ ਦੇ ਨਾਲ ਸਰਕਟ ਨਾਲ ਹੋਇਆ ਜੀ, ਮਤਲਬ ਤਾਰ ਨੂੰ ਅੱਗ ਲੱਗੀ ਨਾ, ਤਾਰ ਦਾ ਸਰਕਟ ਕਰ ਦਿੱਤੀ, ਜਿਹੜਾ ਬਿਜਲੀ ਵਾਲਾ ਸਰਕਟ ਸ਼ਾਰਟ ਹੋਇਆ। ਹਾਂਜੀ ਹਾਂਜੀ। ਕਿੰਨਾ ਕੁ ਨੁਕਸਾਨ ਤੁਹਾਡਾ ਹੋਇਆ? ਸਾਡਾ 2-3 ਕਨਾਲਾਂ ਦੇ ਗੇੜ ਗੇੜ 'ਚ ਹੋਇਆ। ਜਦੋਂ ਇਹ ਅੱਗ ਲੱਗੀ ਆ ਤੁਹਾਨੂੰ ਕਿੱਦਾਂ ਪਤਾ ਲੱਗਾ? ਸਾਨੂੰ ਕੀ ਕਹਿੰਦੇ ਨੇ ਇੱਥੋਂ ਮਤਲਬ ਫੋਨ ਗਿਆ ਬੰਦਿਆਂ ਦਾ, ਪ੍ਰਵਾਸੀ ਬੰਦੇ ਨੇ, ਉਹਨਾਂ ਨੇ ਫੋਨ ਕੀਤਾ ਕਿ ਤੁਹਾਡੀ ਪੈਲੀ ਨੂੰ ਅੱਗ ਲੱਗ ਗਈ, ਕਣਕ ਨੂੰ ਅੱਗ ਲੱਗ ਗਈ। ਕਿੱਦਾਂ ਬੁਝਾਈ? ਕਿੱਦਾਂ ਫਿਰ ਆਸੇ ਪਾਸੇ ਟਰੈਕਟਰ ਸੱਦੇ, ਹੋਰ ਪਿੰਡ ਦੇ ਆਲੇ ਦੁਆਲੇ ਦੇ ਲੋਕੀ ਬਹੁਤ ਆਏ, ਉਹਨਾਂ ਨੇ ਮਦਦ ਕੀਤੀ ਅਤੇ ਫਿਰ 3-4 ਕਿੱਲੇ ਕਣਕ ਹੋਰ ਸੀ ਜਿਹੜੀ ਅੱਗ ਲੱਗ ਜਾਣੀ ਸੀ। ਅਤੇ ਇਹ ਸੰਘਰਸ਼ ਬਹੁਤ ਜ਼ਿਆਦਾ ਕਰਨਾ ਪਿਆ, ਇਹਦੇ ਕਰਕੇ ਹੀ ਬਚਾਅ ਹੋਇਆ। ਇਹ ਬਿਜਲੀ ਵਾਲਿਆਂ ਨੂੰ ਕਹਿਣਾ ਚਾਹੀਦਾ ਕਿ ਅਲਰਟ ਰਹਿਣ, ਇਹਨਾਂ ਚੀਜ਼ਾਂ ਦਾ ਖਿਆਲ ਰੱਖਣ, ਤਾਰਾਂ ਤੂਰਾਂ ਨੂੰ ਕੱਸਣਾ ਚਾਹੀਦਾ। ਹਾਂਜੀ ਹਾਂਜੀ, ਸਰਕਟ ਸ਼ਾਰਟ। ਕਣਕ ਹੋਰ ਵੀ ਲੱਗੇ ਸੀ? ਹਾਂਜੀ ਹਾਂਜੀ, 3 ਕਿੱਲੇ ਸਾਡੀ ਕਣਕ 3 ਕਿੱਲੇ ਸੀ ਲਾਗੇ ਕੋਲ, ਉਹ ਬਚਾਅ ਹੋ ਗਿਆ। ਹਾਂਜੀ, ਉਹਦਾ ਬਚਾਅ ਹੋ ਗਿਆ। ਕੋਈ ਹੋਰ ਵਿਭਾਗ ਦਾ ਕੋਈ ਅਧਿਕਾਰੀ ਇੱਥੇ ਆ ਕੇ ਪਹੁੰਚ ਕੀਤੀ ਤੁਹਾਡਾ? ਨਹੀਂ, ਕੋਈ ਨਹੀਂ ਆਇਆ ਸਾਡੇ ਕੋਲ, ਫਾਇਰ ਬ੍ਰਿਗੇਡ ਦੀ ਗੱਡੀ ਨਹੀਂ, ਕੋਈ ਨਹੀਂ ਆਈ। ਤਾਂ ਮੰਗ ਕੀ ਕਰਨੀ ਚਾਹੁੰਦੇ ਸਰਕਾਰ ਕੋਲ? ਇਹ ਸਰਕਾਰ ਕੋਲ ਮੰਗ ਕਰਨੇ ਚਾਹੁੰਦੇ ਆ ਕਿ ਅੱਗੇ ਤੋਂ ਵਾਸਤੇ ਇਹਨਾਂ ਤਾਰਾਂ ਤੂਰਾਂ ਨੂੰ ਮਤਲਬ ਕੱਸਣਾ ਚਾਹੀਦਾ, ਧਿਆਨ ਦੇਣਾ ਚਾਹੀਦਾ ਹਰ ਇੱਕ ਵਾਸਤੇ, ਕਿ ਜ਼ਿਮੀਦਾਰ ਤੁਹਾਨੂੰ ਪਤਾ ਅੱਗੇ ਬਥੇਰੀਆਂ ਮਹਿੰਗਾਈਆਂ ਨੇ ਅਤੇ ਨਹੀਂ ਪੁੱਟ ਸਕਦਾ।
ਹੁਸ਼ਿਆਰਪੁਰ ਤੋਂ ਸੁਰਿੰਦਰ ਕੰਬੋਜ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।